ਮੰਦਰ ਨਾ ਧੋ ਰਹੇ ਸੀ ਆਪਾਂ ਜਿਵੇਂ ਗੱਲ ਕੀਤੀ ਸੀ ਆਪਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖਿਓ ਮੰਦਰ ਨੂੰ ਸਾਫ ਸੁਥਰਾ ਕਰ ਰਹੇ ਸੀ ਉਹਦੇ ਚੱਕਰ 'ਚ ਆਪਣੇ ਬੂਟ ਹੋ ਗਏ ਅੱਜ ਗਿੱਲੇ ਅਤੇ ਲੱਗਦਾ ਬਾਕੀ ਦਾ ਸਫ਼ਰ ਆਪਾਂ ਨੂੰ ਅੱਜ ਬਿਨਾਂ ਬੂਟਾਂ ਤੋਂ ਹੀ ਕਰਨਾ ਪੈਣਾ ਜੀ ਕਿਉਂਕਿ ਇਹ ਗਿੱਲੇ ਹੋ ਚੁੱਕੇ ਨੇ ਬੂਟ ਵੀ ਉਹ ਗਿੱਲੇ ਹੋ ਗਏ ਜਰਾਬਾਂ ਵੀ ਗਿੱਲੀਆਂ ਹੋ ਗਈਆਂ ਆ ਜਾਓ ਕੋਈ ਗੱਲ ਨਹੀਂ ਫਿਰ ਵੀ ਆਪਾਂ ਚੱਲਦੇ ਹਾਂ ਜਿਹੜੇ ਬਾਕੀ ਸਥਾਨ ਰਹਿ ਗਏ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਹਾਂ ਜੀ ਆ ਜਾਓ ਪੀਰ ਖੋ ਕੇਵਸ ਸੀਐਮ ਹਾਊਸ ਅਤੇ ਡੀਸੀ ਆਫਿਸ ਦੇ ਬਹੁਤ ਹੀ ਨਜ਼ਦੀਕ ਬਣੀ ਹੋਈ ਹੈ ਅਤੇ ਜੰਮੂ ਸ਼ਹਿਰ ਦੇ ਵਿੱਚ ਹੀ ਹੈ ਪਰ ਤੁਹਾਨੂੰ ਇਸ ਜਗ੍ਹਾ ਉੱਪਰ ਜੰਮੂ ਵਿੱਚ ਚੱਲਣ ਵਾਲੀਆਂ ਛੋਟੇ ਬੱਸਿਸ ਨਹੀਂ ਮਿਲਣਗੀਆਂ ਤੁਹਾਨੂੰ ਇਸ ਜਗ੍ਹਾ ਲਈ ਆਟੋ ਹਾਇਰ ਕਰਨਾ ਪਵੇਗਾ ਆਟੋ ਵਾਲਾ ਮਿਲਿਆ ਸਾਨੂੰ ਕਈ ਵੀਰ ਸਾਨੂੰ ਆਟੋ ਵਾਲੇ ਮਿਲੇ ਨੇ ਜੰਮੂ ਸ਼ਹਿਰ ਦੇ ਵਿੱਚ ਤੁਸੀਂ ਯਕੀਨ ਮੰਨਿਓ ਇਹ ਬੰਦੇ ਪੂਰਾ ਸਾਥ ਦਿੰਦੇ ਨੇ ਜੀ ਜਣੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ ਇਹ ਵਿਚਾਰੇ ਬਹੁਤ ਹੈਲਪ ਕਰਦੇ ਨੇ ਤੁਹਾਨੂੰ ਵੀ ਕਦੇ ਜੰਮੂ ਦੇ ਵਿੱਚ ਕੋਈ ਪ੍ਰੋਬਲਮ ਦਿੱਕਤ ਹੁੰਦੀ ਆ ਤਾਂ ਈ ਰਿਕਸ਼ਾ ਵਾਲੇ ਵੀਰ ਨੇ ਇਹ ਨੀਲੇ ਰਿਕਸ਼ੇ ਨੇ ਇਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਬਹੁਤ ਵਧੀਆ ਬੰਦੇ ਨੇ ਜੀ ਇਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਅਦਾਬ ਜੀ ਮੈਂ ਤੁਹਾਡਾ ਆਪਣਾ ਸਪ੍ਰੀਤ ਸਿੰਘ ਮੈਂ ਪ੍ਰਿੰਸਦੀਪ ਸਿੰਘ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟਰੈਵਲ ਚੈਨਲ 'ਤੇ ਸਵਾਗਤ ਕਰਦੇ ਹਾਂ ਤੁਹਾਨੂੰ ਪਤਾ ਵੀ ਆਪਾਂ ਜੰਮੂ ਸ਼ਹਿਰ ਘੁੰਮ ਰਹੇ ਹਾਂ ਜੀ ਉਸੇ ਲੜੀ ਤਹਿਤ ਅੱਜ ਆਪਾਂ ਆਏ ਹਾਂ ਜੀ ਪੀਰ ਖੋ ਕੇਵਸ ਨੂੰ ਘੁੰਮਣ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ ਆਓ ਚੱਲਦੇ ਹਾਂ ਜੀ ਮੰਦਿਰ ਦੇ ਦਰਸ਼ਨ ਕਰਦੇ ਹਾਂ ਜਾਣੀ ਕਿਹਾ ਜਾਂਦਾ ਵੀ ਉਰੇ ਨਾ ਗੁਫਾਵਾਂ ਬਣੀਆਂ ਹੋਈਆਂ ਨੇ ਭਗਵਾਨ ਸ਼ਿਵ ਜੀ ਦਾ ਭੋਲੇ ਸ਼ੰਕਰ ਜੀ ਦਾ ਮੰਦਿਰ ਬਣਿਆ ਹੋਇਆ ਆ ਆਪਾਂ ਉਹਨਾਂ ਗੁਫਾਵਾਂ ਦੇ ਦਰਸ਼ਨ ਕਰਦੇ ਹਾਂ ਉਹਨਾਂ ਨੂੰ ਘੁੰਮਦੇ ਹਾਂ ਜੀ ਆਓ ਚੱਲਦੇ ਹਾਂ ਪੀਰ ਖੂਹ ਕੇਵ ਦੀ ਸਾਈਡ 'ਤੇ ਬਣੀ ਹੋਈ ਹੈ ਬਹੁਤ ਹੀ ਸੁੰਦਰ ਅਤੇ ਵੱਡੀ ਪਾਰਕ ਜਿੱਥੇ ਤੁਸੀਂ ਆਪਣਾ ਕੁਝ ਸਮਾਂ ਬੈਠ ਕੇ ਸਪੈਂਡ ਕਰ ਸਕਦੇ ਹੋ ਸਾਹਮਣੇ ਤੁਸੀਂ ਪਹਾੜ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਦ੍ਰਿਸ਼ ਆ ਜੀ ਜਿਹਨੇ ਟਾਈਮ ਪਾਸ ਕਰਨਾ ਤੁਸੀਂ ਕੁਛ ਦੇਰ ਬਹਿਣਾ ਆ ਉਰੇ ਬਹਿ ਸਕਦੇ ਹੋ ਉਸ ਪਰਮਾਤਮਾ ਉਸ ਭਗਵਾਨ ਦਾ ਉਸ ਵਾਹਿਗੁਰੂ ਦਾ ਨਾਮ ਲੈਣਾ ਹੋਵੇ ਇਸ ਸ਼ਾਂਤ ਪਾਰਕ ਦੇ ਵਿੱਚ ਬਹਿ ਕੇ ਉਹ ਵੀ ਲੈ ਸਕਦੇ ਹੋ ਜੀ ਮੰਦਿਰ ਦੀ ਸੈਟਿੰਗ ਦੇ ਵਿੱਚ ਭਗਵਾਨ ਸ਼੍ਰੀ ਸ਼ਨੀ ਦੇਵ ਜੀ ਦਾ ਮੰਦਿਰ ਵੀ ਬਣਾਇਆ ਹੋਇਆ ਤੁਸੀਂ ਇੱਥੇ ਵੀ ਜ਼ਰੂਰ ਦਰਸ਼ਨ ਕਰਿਓ ਜੀ ਇਸ ਜਗ੍ਹਾ ਦਾ ਨਾਮ ਹੈ ਪੀਰ ਖੋ ਪੀਰ ਦਾ ਭਾਵ ਹੈ ਗੁਰੂ ਅਤੇ ਗੁਫਾ ਨੂੰ ਡੋਗਰੀ ਭਾਸ਼ਾ ਦੇ ਵਿੱਚ ਖੂਹ ਕਹਿੰਦੇ ਹਨ ਇਸੇ ਲਈ ਇਸ ਜਗ੍ਹਾ ਦਾ ਨਾਮ ਪੀਰ ਖੋ ਪਿਆ ਇਸ ਜਗ੍ਹਾ 'ਤੇ ਸ਼੍ਰੀ ਜਾਮਾਵੰਤ ਜੀ ਨੇ ਅੱਧਾ ਤ੍ਰੇਤਾ ਯੁੱਗ ਅਤੇ ਅੱਧਾ ਦੁਆਪਰ ਯੁੱਗ ਵਿੱਚ ਤਪੱਸਿਆ ਕੀਤੀ ਸੀ ਇਤਿਹਾਸ ਅਨੁਸਾਰ ਕਿਹਾ ਜਾਂਦਾ ਹੈ ਕਿ ਜਾਮਾਵੰਤ ਜੀ ਨੇ ਇਹੀ ਗੁਫਾ ਆਪਣੀ ਤਪੱਸਿਆ ਅਤੇ ਸ਼ਕਤੀ ਨਾਲ ਬਣਾਈ ਸੀ ਕਿਹਾ ਜਾਂਦਾ ਹੈ ਕਿ ਇੱਥੇ ਭਗਵਾਨ ਭੋਲੇ ਸ਼ੰਕਰ ਜੀ ਨੇ ਜਾਮਾਵੰਤ ਜੀ ਨੂੰ ਇੱਕ ਮੁਖੀ ਰੁਦਰਾਕਸ਼ ਦੇ ਰੂਪ ਵਿੱਚ ਦਰਸ਼ਨ ਦਿੱਤੇ ਸਨ ਜੋ ਕਿ ਇਸ ਮੰਦਿਰ ਵਿੱਚ ਹੀ ਸਥਾਪਿਤ ਹੈ ਇਸੇ ਗੁਫਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਅਤੇ ਜਾਮਾਵੰਤ ਜੀ ਦਾ ਮਨੀ ਦੇ ਕਾਰਨ ਯੁੱਧ ਹੋਇਆ ਸੀ ਇਹ ਯੁੱਧ ਤਕਰੀਬਨ 27 ਦਿਨ ਲਗਾਤਾਰ ਇਸੇ ਗੁਫਾ ਅੰਦਰ ਚੱਲਦਾ ਰਿਹਾ ਨਾ ਹੀ ਕੋਈ ਜਿੱਤਿਆ ਅਤੇ ਨਾ ਹੀ ਕਿਸੇ ਦੀ ਹਾਰ ਹੋਈ ਫਿਰ ਜਾਮਾਵੰਤ ਜੀ ਯੁੱਧ ਕਰਦੇ ਕਰਦੇ ਰੁਕ ਗਏ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗੇ ਕਿ ਮੇਰੇ ਨਾਲ ਅੱਜ ਤੱਕ ਇੰਨਾ ਲੰਬਾ ਸਮਾਂ ਯੁੱਧ ਕੋਈ ਨਹੀਂ ਕਰ ਸਕਿਆ ਤੁਸੀਂ ਆਪਣੇ ਅਸਲੀ ਰੂਪ ਵਿੱਚ ਆਓ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸ਼੍ਰੀ ਰਾਮ ਚੰਦਰ ਜੀ ਦੇ ਰੂਪ ਵਿੱਚ ਦਰਸ਼ਨ ਦਿੱਤੇ ਜਾਮਾਵੰਤ ਜੀ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਉਹ ਕਿਸ ਨਾਲ ਯੁੱਧ ਕਰ ਰਹੇ ਹਨ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਜਾਮਾਵੰਤ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਮੈਨੂੰ ਇਹ ਮਣੀ ਦੇ ਦੇਵੋ ਪਰ ਜਾਮਾਵੰਤ ਜੀ ਕਹਿਣ ਲੱਗੇ ਕਿ ਜੇਕਰ ਮੈਂ ਇਹ ਮਣੀ ਤੁਹਾਨੂੰ ਇਸੇ ਤਰ੍ਹਾਂ ਦੇ ਦੇਵਾਂਗਾ ਤਾਂ ਮੈਨੂੰ ਕਲੰਕ ਲੱਗ ਜਾਵੇਗਾ ਫਿਰ ਸ਼੍ਰੀ ਕ੍ਰਿਸ਼ਨ ਜੀ ਨੇ ਕਿਹਾ ਕਿ ਤੁਸੀਂ ਮੇਰੇ ਨਾਲ ਯੁੱਧ ਕਰੋ ਪਰ ਜਾਮਾਵੰਤ ਜੀ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਸਵਾਮੀ ਹੋ ਮੈਂ ਆਪਣੇ ਸਵਾਮੀ ਨਾਲ ਕਿਸ ਤਰ੍ਹਾਂ ਯੁੱਧ ਕਰ ਸਕਦਾ ਹਾਂ ਮੰਦਰ ਦੇ ਵਿੱਚ ਨਾ ਸਫਾਈ ਦਾ ਕੰਮ ਚੱਲ ਰਿਹਾ ਮੋਰਨਿੰਗ ਟਾਈਮ ਆ ਮੰਦਰ ਨੂੰ ਧੋਤਾ ਜਾ ਰਿਹਾ ਜੀ ਪੰਡਿਤ ਜੀ ਲੱਗੇ ਹੋਏ ਨੇ ਸਾਰੇ ਜਣੇ ਜੀ ਸੇਵਾ ਕਰ ਰਹੇ ਨੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਜ਼ਰੂਰ ਇਸ ਸਥਾਨ ਦੇ ਉੱਤੇ ਆਓ ਜੀ ਦਰਸ਼ਨ ਕਰੋ ਜੀ ਭਗਵਾਨ ਭੋਲੇ ਸ਼ੰਕਰ ਸ਼ਿਵ ਜੀ ਭਗਵਾਨ ਜੀ ਦੇ ਮੰਦਿਰ ਦੇ ਜੀ ਉਸ ਸਮੇਂ ਜਾਮਾਵੰਤ ਜੀ ਨੇ ਭਗਵਾਨ ਸ਼ਿਵ ਜੀ ਨੂੰ ਸਾਕਸ਼ੀ ਮੰਨ ਕੇ ਆਪਣੀ ਧੀ ਦਾ ਵਿਆਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨਾਲ ਕਰ ਦਿੱਤਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਉਹ ਮਣੀ ਲੈ ਕੇ
द्वारका गए अते राजा शित्राजीत नू अपनी मणि देन लगे तो उन्होंने कहा कि मैं यह मणि नहीं लै सकता क्योंकि इसे मणि कारण ही मैं तुहाडे ते झूठा इल्जाम लगाया है। जिस तरह तुसी जामवंत जी दी ती नाल व्याह किया है उसी तरह मेरी पुत्री नाल भी व्याह करवाओ। फिर भगवान श्री कृष्ण जी ने सत्य भावन जी नाल भी व्याह किया। आओ चलते हैं जी अंदर नू, बने रहो साडे नाल पूरी वीडियो दे एंड तक जी। आओ एक गल तुसी देखो पूरियां जिहड़ियां गुफावां ने पूरियां ठंडियां ने जी, ते सिर बचा के थोड़ा जिहा कोई सिर इहनां दे नाल टच हुंदा इह लगदा आ थोड़ा झुक के तुसी गुफावां दे अंदर दर्शन कर सकते हो जी। नव दुर्गा गुफा माता दे नौ रूपां नू इत्थे सम्मिलित कीता गया जी, स्थापित कीता गया। माता शैलपुत्री जी आपा जी हुण नव दुर्गा माता दे गुफा दे दर्शन कर लेने जी। इस मंदिर दे विच बहुत ही रहस्यमय चीजा ने, थोनों सारियां दिखावांगे जी, बने रहो साडे नाल। बिना स्किप किए हुए पूरी वीडियो जरूर देखते हो जी। गुरु गोरक्षनाथ जी का अखंड धुआं। ये गोरखनाथ जी का जी अखंड धुआं लिखा हुआ इस जगह के उत्ते, धुआं नहीं धूना, धूना श्री गोरखनाथ जी का यह अखंड धूना जी इस जगह के उत्ते, गुरु गोरखनाथ जी का अखंड धूना। ये श्री गोरखनाथ जी नूं समर्पित जी इस जगह दे उत्ते स्थान बनाया होया जी। पीर केव स्थान नूं इहनूं नाम दित्ता गया जी, भगवान भोले शंकर जी का यह मंदिर आ जी। ये गीता सार लिखा होया जी, तुसी वीडियो नूं रोक के इहनूं भी पढ़ सकते हो जी। यहाँ इत्थे जी तीन बातां गल्लां लिखियां होईयां ने जी, तुसी इन्हां नूं रोक के पढ़ सकदे हो जी। इन्हां एक बार थोनों पढ़ना चाहिदा जी ताकि कहिंदे तीन चीजां कभी छोटियां ना समझो, शत्रु करजा बीमारी। ये भगवान भोले शंकर जी दी तस्वीर बनाई हुई है जी, तुसी देख सकते हो मंदिर दे बैक साइड ते बहुत ही सोहना दृश्य है जी। बहुत ही उच्चे लंबे पहाड़ ने जी, सामने सी रिवर देख सकते छोटी जी। ओ देखो सामने तुसी मज्जां चर रही ने घा, ओ सामने देखो तुसी, बहुत सोहनी जगह बनी हुई है जी। आपां नूं जरूर एक बार विजिट करना चाहिदा जम्मू शहर दे विच जी। ये जड़ियाँ बनिया हुई ने फेमस प्लेस जी, मंदिर बने हुए ने, उन्हें दर्शन जरूर करने चाहिए ने जी। इस वीडियो ने इत्थी कर दिया समाप्त जी। वीडियो किवें लगी कमेंट करके जरूर दस्यो, वीडियो लाइक चैनल सब्सक्राइब करना ना भुल्यो जी। फिर मिलांगे किसी नवी वीडियो दे नाल जी, नवी जगह दे उत्ते जी। तद तक लई जी बाय।